ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆ ਦੇਖੋ ਜੀ ਮੇਰੀ ਵੀਡੀਓ ਪਿੱਛੇ ਚੱਲਦੀ ਹੈ ਅਤੇ ਅੱਜ ਤੁਹਾਨੂੰ ਮਿਲਾਉਂਦਾ ਮੈਂ ਕਾਲੇ ਨੂੰ ਮੋਟਰ ਉੱਪਰ, ਇਧਰਲੀ ਮੋਟਰ ਉੱਪਰ ਉਹ ਕਮਾਇਨ ਲੈ ਕੇ ਆਇਆ ਹੋਇਆ ਅਤੇ ਰਾਤੀ ਆ ਗਏ ਸੀ, ਰਾਤੀ ਜ਼ਿਆਦਾ ਨਹੀਂ ਰਹੋ ਸੀ, ਮੈਂ ਚੱਲ ਸਵੇਰੇ ਵੱਢਾਂਗੇ ਅਤੇ ਹੁਣ ਮੈਂ ਚਾਹ ਲੈ ਕੇ ਚੱਲਿਆ ਉਹਨਾਂ ਨੂੰ। ਰਾਤੀ ਮੋਟਰਸਾਈਕਲ ਵੀ ਉੱਥੇ ਖੜਾਇਆ ਸੀ, ਚੱਲ ਹੁਣ ਦੂਜਾ ਲੈ ਚੱਲਦਾ, ਕਰਦਾ ਕੋਈ ਨਾ ਕੋਈ ਜਗ੍ਹਾ ਸ਼ਾਇਦ ਤੁਰ ਕੇ ਚੱਲਾਂ ਅਤੇ ਚੱਲਦੇ ਹਾਂ ਕਾਲੇ ਕੋਲ। ਮੇਰੀ ਵੀਡੀਓ ਚੱਲਦੀ ਇੱਧਰ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆ ਦੇਖੋ ਜੀ ਅੱਜ ਮੇਰੀ ਮੋਟਰ ਪਰ ਟਰੈਕਟਰ ਖੜਾ ਅਤੇ ਇੱਕ ਤੁਹਾਨੂੰ ਹੋਰ ਬੰਦਾ ਦਿਖਾਵਾਂ ਇੱਧਰ, ਅਤੇ ਉਹ ਉੱਧਰ ਪਿੱਛੇ ਕਾਲਾ, ਇੱਧਰ ਬਾਪੂ ਜੀ। ਕਿਵੇਂ ਬਾਪੂ? ਬਾਪੂ ਠੀਕ ਹੈ, ਮੋਟਰ ਅੱਜ ਦੇਖੀ ਹੈ ਤੇਰੀ, ਪਾਲਟੀ ਤੇਰੇ ਕਿੰਨੀ ਹੋ ਗਈ। ਅੱਛਾ ਪਾਲਟੀ ਲੈ ਬਾਪੂ, ਤੇਰੀ ਜਾਨ ਨੂੰ ਪਾਲਟੀ ਦਾ ਘਾਟਾ, ਜੰਗਾੜ ਸਾਰਾ ਐਨ ਬਹੁਤ ਫਿੱਟ ਹੈ ਮਾਲ ਸਾਰਾ। ਤੇ ਇਹਦਾ ਲੰਬੜਦਾਰ ਜੀ ਤੇਰੇ ਪਰਨੇ ਨੂੰ ਕੀ ਹੋ ਗਿਆ? ਪੱਕ ਬਣ ਗਿਆ, ਕਾਰੋਬਾਰ ਕਹੀਦਾ। ਮਿਲੋ ਜੀ ਫੋਰਮੈਨ ਨੂੰ, ਜਗਾੜ ਵਧੀਆ ਕਹਿੰਦਾ ਕਿ ਕਾਰੋਬਾਰ ਵਧੀਆ? ਕਾਰੋਬਾਰ ਕਹਿਣਾ ਚਾਹੀਦਾ, ਜਗਾੜ ਨਹੀਂ ਕਹਿਣਾ ਚਾਹੀਦਾ। ਨਹੀਂ ਪੰਜਾਬੀਆਂ 'ਚ ਹੁੰਦਾ ਬਾਪੂ ਇਹ ਨਾ, ਆਪਣਾ ਹੁੰਦਾ ਹੀ ਕਹਿੰਦੇ ਆਪਣੇ ਜਗਾੜ ਹੈ ਆਪਣੇ ਕੋਲ, ਕਰ ਲੈਂਦੇ ਕੋਈ ਜਗਾੜ, ਐਂ ਕਹਿੰਦੇ ਹੋਰੇਗਾ। ਕਹਿੰਦਾ ਇੰਡੀਆ ਕੋਲ ਕਿੱਦਾਂ ਦੀ ਚੀਜ਼ ਹੈ ਸਾਲਾ ਜਗਾੜ, ਕਹਿੰਦਾ ਹਰੇਕ ਪਾਸੇ ਫਿੱਟ ਹੋ ਜਾਂਦਾ ਉਹ। ਬਾਈ ਸਾਡੇ ਕੋਲ ਇੱਕ ਜਗਾੜ ਹੈ, ਉਹ ਸਾਲਾ ਹਰੇਕ ਪਾਸੇ ਫਿੱਟ ਹੋ ਜਾਂਦਾ। ਲੈ ਜੀ ਕਾਲਾ ਮਾੜਾ ਮੋਟਾ ਮਸ਼ੀਨ ਨੂੰ ਤੇਲ ਪਾਣੀ ਕਰ ਰਿਹਾ, ਰਾਤ ਚਲ ਮਾਰ ਦੋ ਮਾਰ। ਕਰਦੇ ਕਰਦੇ ਪਏ ਲਾਉਂਦੇ ਕੋਈ ਜਗਾੜ, ਕਾਲੇ ਕਿਵੇਂ ਹੈ? ਮਸ਼ੀਨ ਨੂੰ ਗਰੀਸ ਦੇਖੋ ਹੁਣ ਕਿੱਦਾਂ ਹੁੰਦਾ, ਛੇਤੀ ਕਰ ਯਾਰ ਤੇਲ ਪਵਾ ਕੇ ਲਿਆ। ਚਲੋ ਜੀ ਹੁਣ ਆਪਾਂ ਕਾਲੇ ਨੂੰ ਪੁੱਛਦੇ, ਕਾਲੇ ਕਿੰਨਾ ਕੁ ਨਿਬੜ ਗਿਆ ਹੁਣ ਤੱਕ? ਬਾਕੀ ਹੁਣ ਆਹ ਜਿਹੜੀ ਆਪਣੀ ਅੱਜ ਵਾਢੀ ਹੋ ਜਾਣੀ, ਇਹਦੇ ਹੁਣ ਪੂਰਾ ਲੇਖਾ ਜੋਖਾ ਕੱਢ ਕੇ ਦੱਸਾਂਗੇ। ਵਧੀਆ ਹੋ ਜਾਣੀ ਯਾਰ, ਬਿਨਾਂ ਰੇਹ ਸਪਰੇ ਤੋਂ ਖਾਣ ਜੋਗੀ ਹੋ ਜਾਣੀ। ਇੱਕ ਵੀ ਵਿੱਚੋਂ ਨਹੀਂ ਹੋਇਆ ਹੈਗਾ, ਇਹਦੇ ਗੁੱਲੀ ਡੰਡਾ ਨਹੀਂ ਹੋਇਆ ਹੈਗਾ ਦੇਖ ਲੈ। ਨਹੀਂ ਮੇਰਾ ਤੇ ਮੇਰੀ ਗੱਲ ਸੁਣੋ, ਤੇਲ ਨਹੀਂ ਹੈਗਾ, ਮੈਂ ਤੇਲ ਪਾ ਕੇ ਅੱਗੇ ਜਾਣਾ, ਮੈਂ ਮਨਸੂਖ ਹੋ ਜਾਣਾ, ਮੈਂ ਤੁਹਾਨੂੰ ਤਾਂ ਹੀ ਰੱਖ ਕੇ। ਉਧਰ ਭੈਣੀਪੁਰ ਤੋਂ ਲੰਬੜਦਾਰ ਜੀ ਆਏ ਹੋਏ ਨੇ, ਕਾਲੇ ਦੀ ਮਿੰਤਾ ਕਰ ਰਹੇ ਨੇ, ਮੇਰਾ ਜਾਂਦਾ ਜਾਂਦਾ ਕੀਲਾ ਕੱਢ ਜੀ। ਕਾਲਾ ਕਹਿੰਦਾ ਮੇਰੀ ਕਮੈਨ ਦੇ ਵਿੱਚ ਤੇਲ ਨਹੀਂ ਹੈਗਾ, ਤੇ ਸਾਡੇ ਪਿੰਡਾਂ ਦੇ ਵਿੱਚ ਇੱਧਰਲੇ ਸਾਡੇ ਇਲਾਕੇ ਦੇ ਵਿੱਚ ਤਕਰੀਬਨ 80% ਕੰਮ ਹੋ ਚੁੱਕਿਆ। ਬਾਕੀ ਕਾਲੇ ਨੂੰ ਪੁੱਛ ਲੈਂਦੇ ਆ, ਸ਼ਾਇਦ ਘੱਟੇ ਹੋਵੇ, 10% ਰਹਿ ਗਿਆ, ਪਰ ਹੁਣ 1 ਜਾਂ 2 ਦਿਨ ਦਾ ਕੰਮ ਹੋਰ ਆ ਬਸ, ਤੇ ਸਾਡੇ ਕਿ ਸਾਰੇ ਇੱਧਰ ਵਿਹਲੇ ਹੋ ਜਾਣ ਹੁਣ। ਉਹ ਕਾਲੇ ਕਿੰਨਾ ਕੁ ਏਰੀਆ ਰਹਿ ਗਿਆ ਆਪਣਾ ਇਲਾਕਾ ਹੁਣ, ਕਿੰਨਾ ਕੁ ਵੱਢ ਚੁੱਕਿਆ ਤੇ ਕਿੰਨਾ ਕੁ ਰਹਿ ਗਿਆ? 10-15% ਰਹਿ ਗਿਆ। 10-15%, ਚਲ ਠੀਕ ਆ, ਮੇਰਾ ਗੈਸ ਮੈਂ 20% ਕਿਹਾ ਸੀ, ਤੇ 10-15% ਬਸ, ਹੋਰ ਦੋ ਜਾਂ ਦੋ ਤੋਂ ਤਿੰਨ ਦਿਨ ਪੂਰਾ ਕੰਮ ਹੁੰਦਾ, ਬਸ 2 ਤੋਂ 3 ਦਿਨ ਪੂਰਾ ਕੰਮ ਹੋਣਾ। ਚਲੋ ਖਿੱਚ ਕੇ ਰੱਖੋ ਫਿਰ ਕੰਮ ਨੂੰ ਹੁਣ। ਬੰਦਾ ਬੈਠਾ ਦੂਰ ਹੋ ਜਾਣਾ, ਇੱਥੋਂ ਹੀ ਦੂਰ ਕਰਤੀ ਮਸ਼ੀਨ, ਇੱਥੋਂ ਹੀ ਦੂਰ ਕਰਤਾ ਤੂੰ, ਤੇਰਾ ਮੂੰਹ ਐ ਦਿਖਾਤਾ ਉਰੇ। ਮੈਂ ਆਉਣਾ ਫੇਰ, ਦੇਖ ਲੋ ਜਿੰਨਾ ਹੀ ਨਿੱਕਾ ਉਹਨੇ ਦੇਖਾ, ਉਹਨੇ ਹੀ ਦੇਖਾ, ਉਹਨੇ ਹੀ ਦੇਖਾ। ਹਾਂ
ਕਰਨਾ ਹੈ। ਚੜ੍ਹ ਕੇ ਨਾ ਕੋਠੇ ਤੇ ਚੜ੍ਹ ਕੇ ਕਾਲੇ ਦੀ ਮਸ਼ੀਨ ਚੱਲਦੀ ਗਾਣਾ ਨੀ ਦਾ ਅਗਲਾ ਕਾਲੇ ਉਹ ਬੱਟ ਤੇ ਖੜ ਕੇ ਦੇਖ ਲੈ ਵੀ ਜੱਟ ਦੀ ਮਸ਼ੀਨ ਚੱਲਦੀ ਹੈ ਕੰਬਾਈਨ ਚੱਲਦੀ ਤੂੰ ਵੀ ਚੜ ਦੇਖ ਲੈ ਕੋਠੇ ਤੇ ਖੜ ਕੇ ਨਾ ਮੈਂ ਵੀ ਦੇਖ ਲੈ ਕੋਠੇ ਤੇ ਖੜ ਕੇ ਕਾਲੇ ਦੀ ਮਸ਼ੀਨ ਚੱਲਦੀ। ਅਰੇ ਟਾਈਮ ਕਿੰਨਾ ਹੋ ਗਿਆ? ਟਾਈਮ ਹੋ ਗਿਆ 6:30। ਦੇਖੋ ਜੀ 6:30 ਮਸ਼ੀਨ ਚਲਾ ਤੀ ਕਾਲੇ ਨੇ ਤੇ ਹੁਣ ਦੇਖੋ ਕੈਮਰੇ ਦਾ ਜ਼ੂਮ ਇੱਕ ਵਾਰੀ ਫਿਰ ਦੇਖੋ ਜ਼ੂਮ ਦੇਖੋ ਕੈਮਰੇ ਦਾ ਦੇਖ ਐਨ ਕਾਲਾ ਨੇੜੇ ਚਲੀ ਜਾਣੀ ਉਹਦੇ ਬੰਦਾ ਬੈਠਾ ਦੇਖਦਾ ਜ਼ੂਮ ਹੈ ਨਾ ਚਲੋ ਇਹ ਤਾਂ ਪਹਿਲਾ ਸਾਲ ਆ ਹਲੇ ਕਾਲੇ ਨੂੰ ਅੱਗੇ ਅੱਗੇ ਜਾ ਕੇ ਪਤਾ ਲੱਗਣਾ ਹਲੇ ਹੁਣ ਵੀ ਇਸ ਸਾਲ ਪਤਾ ਲੱਗੇਗਾ ਹੁਣ ਕਾਫੀ ਬੰਦੇ ਨੂੰ 3 ਕੁ ਸਾਲ ਤਾਂ ਲੱਗੇ ਜਾਂਦੇ ਆ ਤੇ 3 ਕੁ ਸਾਲ ਜਾ ਕੇ ਫਿਰ ਤੈਨੂੰ ਐਨ ਪਤਾ ਲੱਗ ਜਾਣਾ ਵੀ ਕਿੱਦਾਂ ਕੰਮ ਫੜਨਾ ਕਿੱਦਾਂ ਫਿਰ ਤੈਨੂੰ ਤਾਂ ਜ਼ਮੀਨਾਂ ਦਾ ਪਤਾ ਲੱਗ ਜਾਣਾ ਕਿਹਦੀ ਕਿੰਨੀ ਕਿਹਦੀ ਕਿੱਥੇ ਕਿੰਨੀ ਆ ਇਹਦਾ ਗੱਲ ਹੈ ਹਾਂ ਜਾਂ ਰਾਹ ਪਏ ਕਹਿੰਦੇ ਰਾਹ ਪਏ ਜਾਣੀ ਹੈ ਜਾਂ ਵਾਹ ਪਏ ਜਾਣੀ ਹੁਣ ਕਾਲੇ ਦਾ ਕੰਮ 'ਚ ਵਾਹ ਪੈ ਜਾਣਾ ਫਿਰ ਕਾਲੇ ਨੇ ਕਹਿਣਾ ਵੀ ਲੈ ਚੱਕ ਦਿੰਦੇ ਆ ਫੱਟੇ ਇਸ ਸਾਲ ਦਾ ਤੈਨੂੰ ਪਤਾ ਹੀ ਲੱਗਣਾ ਹਜੇ ਲੋਕਾਂ ਨੇ ਕਹਿਣਾ ਹੁਣੇ 2 ਵਿਘੇ ਕਹਿਣਾ ਵਿਘਾ ਹੀ ਆ ਹੁਣ ਕਿਲਾ ਇੰਨਾ ਤਾਂ ਸਾਨੂੰ ਵੀ ਪਤਾ ਚੱਲ ਇੰਨਾ ਹੁਣ ਪਿੰਡਾਂ 'ਚ ਪਤਾ ਲੱਗੇ ਜਾਂਦਾ ਕੰਮ ਕਰਦਾ ਪਤਾ ਲੱਗੇ ਜਾਂਦਾ ਆਪਣੇ ਪਤਾ ਹੀ ਲੋਕਾਂ ਦਾ ਬਾਕੀ ਆਪਣਾ ਆਪਾਂ ਨੂੰ ਆਪਣੇ ਏਰੀਏ ਦਾ ਪਤਾ ਹੈ ਆਪਣੇ ਏਰੀਏ ਦਾ ਤਾਂ ਪਤਾ ਹੈ ਬਾਹਰਲੇ ਏਰੀਏ ਦਾ ਹਲੇ ਘੱਟ ਪਤਾ ਠੀਕ ਹੈ ਨਾ ਬਾਹਰ ਦਾ ਪੈ ਜਾਂਦਾ ਫਰਕ ਇੰਨੀ ਕਰਦਾ ਇਹ ਗਰਦ ਦੇ ਬਚਣ ਵਾਸਤੇ ਤੂੰ ਕਿਆ ਕਰਦਾ ਫਿਰ ਗਰਦ ਦੇ ਬਚਣ ਵਾਸਤੇ ਦੇਸੀ ਇਲਾਜ ਦੇਸੀ ਇਲਾਜ ਕਿਹੜਾ ਗੁੜ ਖਾ ਲਓ ਜਾਂ ਫਿਰ ਆਪਣਾ ਸ਼ੱਕਰ ਘੀ ਰਲਾ ਕੇ ਅੱਛਾ ਘੀ ਰਲਾ ਕੇ ਹਾਂ ਡੇਲੀ ਖਾਣਾ ਸ਼ਾਮ ਨੂੰ ਹਾਂ ਡੇਲੀ ਨਹੀਂ ਤਾਂ ਇਹ ਦਿਨ ਤਾਂ ਪੱਕੇ ਹਾਂ ਮੈਂ ਕੱਲ੍ਹ ਵਾਲੀ ਵੀਡੀਓ 'ਚ ਕਿਹਾ ਵੀ ਸੀ ਵੀ ਦੇਖੋ ਗਰਦ ਬਹੁਤ ਉੜਦੀ ਇਹਨਾਂ ਦਿਨਾਂ ਦੇ ਵਿੱਚ ਮੂੰਹ ਥੋੜ੍ਹਾ ਢੱਕ ਕੇ ਨਿਕਲੋ ਬਾਹਰ ਅਤੇ ਸ਼ਾਮ ਨੂੰ 2 ਚਮਚੇ ਦੇਸੀ ਘੀ ਅਤੇ ਸ਼ੱਕਰ ਇਹ ਥੋੜ੍ਹੀ ਜਿਹੀ ਰਲਾ ਕੇ ਦੂਏ ਤੀਜੇ ਦਿਨ ਖਾ ਲਓ ਯਾਰ ਸਹੀ ਹੈ ਗਰਦ ਜੰਮ ਜਾਂਦੀ ਹੈ ਇਹ ਗਲੇ ਖਰਾਬ ਹੋ ਜਾਂਦੇ ਆ ਆਪਾਂ ਮਸ਼ੀਨ ਦਿਖਾਉਂਦਾ ਇੱਕ ਵਾਰੀ ਫਿਰ ਲਓ ਜੀ ਹੋ ਗਿਆ ਮੈਂ ਤਾਂ ਵਿਹਲਾ ਅਤੇ ਆਹ ਝਾੜ ਤਾਂ ਨਿਕਲਿਆ ਢੇਰੀ ਲੱਗ ਗਈ ਆ ਅਤੇ ਬਾਕੀ ਲੇਖਾ ਚੋਖਾ ਇੱਕ ਦਿਨ ਪੂਰੇ ਇੱਕ ਮੈਂ ਸੀਰੀਜ਼ ਬਣਾਊਂਗਾ ਇਹਦੇ ਪਰ ਵੀ ਕਿੰਨਾ ਮੇਰਾ ਝਾੜ ਨਿਕਲਿਆ ਕਿੰਨਾ ਮੈਂ ਮਾਲ ਪੱਤਾ ਪਾਇਆ ਕਿ ਇਹਦੇ ਵਿੱਚ ਆਹ ਜਿਹੜਾ ਇੱਧਰਲੀ ਸਾਈਡ ਵਾਲਾ ਤਾਂ ਨਾ ਇਹਦੇ ਵਿੱਚ ਤਾਂ ਮੈਂ ਕੁਛ ਵੀ ਨਹੀਂ ਤਾਂ ਪਾਇਆ ਹੈਗਾ ਰੇਹ ਨਹੀਂ ਕੋਈ ਸਪਰੇ ਨਹੀਂ ਕੁਛ ਵੀ ਨਹੀਂ ਕਰਿਆ ਹੈਗਾ ਅਤੇ ਜਦੋਂ ਹੁਣ ਆਪਣਾ ਕੀ ਥੋੜ੍ਹਾ ਨਾ ਚਿੱਟੇ ਹੋਏ ਹੋਏ ਜ਼ਿਆਦਾ ਅਤੇ ਜਦੋਂ ਸਾਰਾ ਇਹਦਾ ਕੱਢ ਕੇ ਦੱਸੂੰਗਾ ਫਿਰ ਦਰਸ਼ਨ ਬਾਈ ਨੂੰ ਕਰਤਾ ਫੋਨ ਅਤੇ ਦਰਸ਼ਨ ਬਾਈ ਟਰੈਕਟਰ ਲੈ ਜੂਗਾ ਅਤੇ ਉਹ ਅੰਦਰ ਖੜਾ ਮੋਟਰਸਾਈਕਲ ਉਹ ਮੈਂ ਮੋਟਰਸਾਈਕਲ ਨੂੰ ਲੈ ਜੂੰਗਾ ਚੱਲ ਮੈਂ ਕਿਹਾ ਬਾਈ ਤੂੰ ਟਰੈਕਟਰ ਲੈ ਜੀ ਅਤੇ ਮੈਂ ਮੋਟਰਸਾਈਕਲ ਨੂੰ ਲੈ ਜੂੰਗਾ ਡੀਕਦਾ ਹੁਣ ਉਹਨੂੰ ਕਾਹਦਾ ਹੁੰਦਾ ਅਤੇ ਇੱਕ ਹੋਰ ਆ ਦੇਖੋ ਇੱਧਰ ਚਾਹ ਸਾਰੀ ਦੀ ਸਾਰੀ ਛੱਡ ਗਏ ਉਹ ਚਾਹ ਬੇਹਰਤ ਗਈ ਚੱਲ ਹੁਣ ਮੈਂ ਅਤੇ ਦਰਸ਼ਨ ਬਾਈ ਪੀਂਦੇ ਜਦੋਂ ਆਉਂਦੇ ਹਾਂ ਅਤੇ ਇੱਕ ਦੋ ਗੱਲਾਂ ਮਾਰਦਾ ਬਾਈ ਨਾਲ ਬੈਠ ਕੇ ਫਿਰ ਅਤੇ ਜਦ ਤੱਕ ਬਾਈ ਆਉਂਦਾ ਨਾ ਮੈਂ ਟੋਟੇ ਭਰ ਲਵਾਂ ਜਿਹੜੇ ਕਣਕ ਭਰੀ ਨਾ ਫਿਰ ਉੱਦਾਂ ਹੀ ਚੱਕ ਚੱਕ ਕੇ ਅੰਦਰ ਸੁੱਟ ਲਾਂਗਾ ਸਾਰੇ ਟੋਟੇ ਭਰ ਲਵਾਂ ਸਾਰੇ ਮੈਂ ਫੌਜੀ ਬਾਈ ਵੀ ਆ ਗਿਆ ਮਿਲੋ ਜੀ ਫੌਜੀ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਫੌਜੀ ਬਾਈ ਬਹੁਤ ਵਧੀਆ ਜੀ ਕਿੱਦਾਂ ਕੰਮ ਕਾਰ ਚੱਲਦੇ ਆ ਬਹੁਤ ਵਧੀਆ ਚੱਲੀ ਜਾਂਦਾ ਆਹ ਦੇਖ ਲਾ ਬਾਈ ਜਿਹੜੀ ਤਾਂ ਇੱਥੇ ਕਣਕ ਬੀਜੀ ਤੀ ਹਾਂਜੀ ਹਾਂਜੀ ਪਹਿਲਾਂ ਦੇਖੋ ਫੌਜੀ ਬਾਈ ਨੇ ਕਣਕ ਬੀਜੀ ਤੇ ਆਹ ਦੇਖੋ ਥੋੜ੍ਹਾ ਜਿਹਾ ਵਿੱਚ ਛੋਟਾ ਜਿਹਾ ਕਲਿੱਪ ਲਓ ਜੀ ਫੌਜੀ ਬਾਈ ਆ ਗਿਆ ਤੇ ਨਿੰਮਾ ਬਾਈ ਆ ਗਿਆ ਯਾਰ ਤੇਰੇ ਸਦਕੇ ਨਿੰਮਾ ਬਾਈ ਸਤਿ ਸ਼੍ਰੀ ਅਕਾਲ ਫੌਜੀ ਬਾਈ ਤੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਦੇ ਯਾਰ ਦੇਖ ਲਿਆ ਕਲਿੱਪ ਉਹ ਤੇ ਆਹ ਦੇਖੋ ਹੁਣ ਤੁਸੀਂ ਇੱਥੇ ਬਾਈ 8 ਟੋਟੇ ਭਰ ਗਏ ਬਾਈ ਇਹ ਹੋਏ ਜਾਣੀ 6-7 ਕੁਇੰਟਲ ਗੇਟ 'ਚ ਹਾਂ 8 ਟੋਟੇ ਭਰ ਗਏ ਇਹ
ਵਧੀਆ ਹੋ ਗਈ ਫਿਰ ਤਾਂ ਇਹ ਬਿਨਾਂ ਸਬਰੇ ਦੇ ਬਿਨਾਂ ਯੂਰੀਏ ਦੇ ਬਿਨਾਂ ਖਾਦ ਜੇ ਆਪਣੇ ਹੁਣ 8 ਟੋਟੇ ਭਰ ਕੇ 60-60 ਕਿਲੋ ਦੇ ਭਰੇ ਉੱਪਰ ਮੂੰਹ 93 ਭਰੇ ਹੋਏ ਪਈ ਵੀ ਆ ਜੇ 1.5 ਕੁਇੰਟਲ ਪਈ ਵੀ ਥੱਲੇ ਪਈ ਆ ਥੱਲੇ ਪਈ ਆ ਹੋ ਜਾਣੀ 7 ਕੁਇੰਟਲ ਗੇੜ ਤਾਂ 6 ਜਾਂ 7 ਕੁਇੰਟਲ ਡੇਢ ਗੇੜ ਚ ਹੈਗੀ ਆ ਚਲੋ ਮੈਂ ਕਰੂੰਗਾ ਪੂਰਾ ਲੇਖਾ ਜੋਖਾ ਕਰੂੰਗਾ ਸਾਰਾ ਤੇ ਹੁਣ ਬਾਈ ਟਰੈਕਟਰ ਪਾ ਕੇ ਘਰ ਨੂੰ ਲੈ ਜਾਊਗਾ ਤੇ ਬਾਈ ਨੂੰ ਮੈਂ ਪਹਿਲਾਂ ਚਾਹ ਪਿਲਾਉਂਦੇ ਬਾਈ ਆ ਯਾਰ ਚਾਹ ਪੀਏ ਮੈਂ ਪਹਿਲਾਂ ਧੋ ਕੇ ਰੱਖ ਲਿਆ ਤਾਂ ਇਹਦੇ 'ਚ ਚਾਹ ਗਰਮ ਕਰਦੇ ਆਪਾਂ ਬਹਿ ਜਾ ਬਾਈ ਮੰਜੇ ਪਰ ਫਿਰ ਪੱਖਾ ਛੱਡਾਂ ਛੱਡ ਦਵਾਂ ਨਜ਼ਾਰੇ ਬੰਦ ਹਾਂ ਹੁਣ ਚਾਹ ਇੰਜੋਇਮੈਂਟ ਹੋ ਰਹੀ ਹੈ ਜੀ ਅਤੇ ਸਾਹਮਣੇ ਬੈਠੇ ਨੇ ਸੈਕਟਰੀ ਸਾਹਿਬ ਕਿਆ ਹਾਲ ਹੈ ਸੈਕਟਰੀ ਸਾਹਿਬ ਕਿੱਦਾਂ ਲੱਗੀ ਸਾਡੀ ਮੋਟਰ ਤੁਹਾਨੂੰ ਦਰਸ਼ਨ ਬਾਈ ਚਾਹ ਪੀ ਰਿਹਾ ਕਮਾਲਪੁਰ ਦੇ ਨੇ ਸੈਕਟਰੀ ਸਾਹਿਬ ਸਾਡੇ ਇਲਾਕੇ ਦਾ ਕੋਈ ਵਿਕਾਸ ਕਰ ਦਿਓ ਬਾਈ ਹੁਣ ਤੁਹਾਡੇ ਹੱਥ ਹੁੰਦਾ ਸਾਰਾ ਕੁਝ ਚੱਲ ਰਿਹਾ ਪ੍ਰੋਸੈਸ ਚੱਲ ਰਿਹਾ ਪ੍ਰੋਸੈਸ ਕਾਰਵਾਈ ਜਾਰੀ ਆ ਸੇਮ ਮਹਿਕਮਾ ਸੀ ਤੇ ਹੁਣ ਨਵੇਂ ਬੰਦੇ ਭਰਤੀ ਨਹੀਂ ਕਰ ਰਹੇ ਨਵੇਂ ਬੰਦੇ ਭਰਤੀ ਨਹੀਂ ਕਰ ਰਹੇ ਜਿਹੜੇ ਹੁਣ ਪੁਰਾਣੇ ਬੰਦੇ ਬਹੁਤ ਵਜਨ ਵੱਧਦਾ ਜਾਂਦਾ ਹੈ ਨਾ ਉਹਨਾਂ ਨੂੰ ਲੋੜ ਪਈ ਜਾਂਦਾ ਜਿੰਨਾ ਹੁਣ ਕੰਮ ਜੇ ਉੱਥੇ 10 ਬੰਦੇ ਤੇ ਉਹਨਾਂ ਵਿੱਚ 2 ਬੰਦੇ ਰਹਿ ਗਏ ਇੱਦਾਂ ਹੀ ਹੋਏ ਨਾ ਜੀ ਇੱਦਾਂ ਹੀ ਹੋਇਆ ਅਸੀਂ ਬੈਠੇ ਹੁੰਦੇ ਕਈ ਵਾਰ ਦੱਸ ਦਿਓ ਸੈਕਟਰੀ ਸਾਹਿਬ ਵੀ ਹੁਣ ਸਾਡੇ ਕੋਲ ਇੰਨਾ ਕੰਮ ਦਾ ਦਬਾਅ ਹੈ ਕਿੱਥੋਂ ਜਿਹੜਾ 10 ਬੰਦਿਆਂ ਨੇ ਕੰਮ ਕਰਨਾ ਸੀ 2 ਬੰਦੇ ਕਰ ਰਹੇ ਹਾਂ ਪ੍ਰੈਸ਼ਰ ਬਹੁਤ ਜ਼ਿਆਦਾ ਪੈ ਰਿਹਾ ਚਲੋ ਸਰਕਾਰ ਗੌਰਮੈਂਟ ਜੋਬਾਂ ਖੋਲ੍ਹੇ ਟਰੈਕਟਰ ਕਰ ਲਿਆ ਸਟਾਰਟ ਅਤੇ ਉਹ ਟਰਾਲੀ ਪਵਾ ਕੇ ਦਰਸ਼ਨ ਬਾਈ ਨੂੰ ਦਾਣੇ ਘਰ ਨੂੰ ਲੈ ਜਾਣੇ ਆ ਟਰਾਲੀ ਪਵਾ ਦਵਾਂ ਉਹ ਬਾਈ ਲੈ ਗਿਆ ਟਰੈਕਟਰ ਅਤੇ ਮੈਂ ਕੱਢਾਂ ਅੰਦਰੋਂ ਮੋਟਰਸਾਈਕਲ ਲਾ ਦੋ ਸਾਈਡ ਲਾ ਦੇ ਤੈਨੂੰ ਫੌਜੀ ਬਾਈ ਆ ਗਿਆ ਟਰੈਕਟਰ ਲੈ ਕੇ ਐਂ ਲਾ ਦੇ ਤੈਨੂੰ ਲਓ ਜੀ ਮੇਰੇ ਦਾਣੇ ਘਰ ਆ ਗਏ ਤਕਰੀਬਨ 5-6 ਕੁਇੰਟਲ ਹੋਊਂਗੇ ਜੀ ਸਾਰੇ ਸਰੀਰ ਪਰ ਨੂੰ ਢੋਏ ਆ ਦਰਸ਼ਨ ਬਾਈ ਦਾ ਧੰਨਵਾਦ ਸਾਰੇ ਚੁਕਾ ਕੇ ਮੇਰੇ ਅੰਦਰ ਕਰਵਾ ਗਏ ਬਾਈ ਧੰਨਵਾਦ ਬਾਈ ਦਾ ਕਹਿੰਦੇ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਜਦੋਂ ਨਾ ਸਾਡੇ ਘਰ ਦੇ ਵਿੱਚ ਦਾਣੇ ਆਉਂਦੇ ਹੁੰਦੇ ਸੀ ਮੇਰਾ ਡੈਡੀ ਮੇਰਾ ਦਾਦਾ ਉਹਨਾਂ ਦੇ ਚਿਹਰੇ ਆਪਣੇ ਇੱਕ ਅਲੱਗ ਜਿਹੀ ਰੌਣਕ ਆ ਜਾਂਦੀ ਸੀ ਵੀ 6 ਮਹੀਨੇ ਦੀ ਮਿਹਨਤ ਸਾਡੇ ਘਰ ਆਈ ਹੈ ਉਹਦੇ ਮੈਨੂੰ ਵੀ ਬੜਾ ਚਾਅ ਚੜਿਆ ਖੁਸ਼ੀ ਹੋਈ ਪਈ ਹੈ ਅਤੇ ਕੱਲ੍ਹ ਖਾਧੇ ਸੀ ਗੁੜ ਅਤੇ ਸ਼ੱਕਰ ਉਹਦੇ ਵਿੱਚ ਮੈਂ ਅੱਧੇ ਕੁ ਰੱਖ ਲਏ ਸੀ ਮੈਨੂੰ ਪਤਾ ਸੀ ਮੈਂ ਕਿਹਾ ਅੱਜ ਦਾਣੇ ਆਉਣੇ ਅਤੇ ਅੱਜ ਖਾਊਂਗਾ ਉਹ ਘਿਓ ਅਤੇ ਸ਼ੱਕਰ ਆਹ ਦਾਣੇ ਹੁਣ ਨਹਾਵਾਂ ਤੋਂ ਮੈਂ ਸ਼ਾਵਰ ਕਰਾਂ ਉਸ ਤੋਂ ਬਾਅਦ ਖਾਂਦੇ ਹਾਂ ਘਿਓ ਸ਼ੱਕਰ ਨਹਾ ਲਿਆ ਜੀ ਅਤੇ ਰੋਟੀ ਗਈ ਆ ਸ਼ੱਕਰ ਮੂੰਗੀ ਮਸਰੀ ਦਾਲ ਅਤੇ ਨਾਲ ਪੁਦੀਨੇ ਦੀ ਕੁੱਟੀ ਹੋਈ ਚਟਣੀ ਅਤੇ ਹੁਣ ਖਾਵਾਂਗੇ ਅਤੇ ਪ੍ਰਭੂ ਦੇ ਗੁਣ ਗਾਵਾਂਗੇ ਜੇ ਤੁਸੀਂ ਮੇਰੀ ਇੱਥੇ ਤੱਕ ਵੀਡੀਓ ਦੇਖ ਲਈ ਹੈ ਇੱਕ ਛੋਟਾ ਜਿਹਾ ਲਾਈਕ ਵਾਲਾ ਬਟਨ ਹੁੰਦਾ ਉਹ ਦੱਬ ਦਿਓ ਹੋ ਸਕਿਆ ਤਾਂ ਲਾਈਕ ਹੋ ਸਕਿਆ ਤਾਂ ਸ਼ੇਅਰ ਵੀ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦਾ ਫਿਰ ਹੁਣ ਅਗਲੀ ਵੀਡੀਓ ਦੇ ਵਿੱਚ ਬੋਮ